ਅੱਗੇ ਵਧਦੇ ਹਾਂ ਤੇ ਹੁਣ ਗੱਲ ਇੱਕ ਵੀਡੀਓ ਦੀ ਹੋਏਗੀ ਜੋ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤਾ ਗਿਆ, ਵਾਇਰਲ ਹੋ ਰਿਹਾ ਤੇ ਵੱਡੇ ਸਵਾਲ ਪੁਲਿਸ ਲਈ ਵੀ ਛੱਡ ਰਿਹਾ। ਜੇ ਗੈਂਗਸਟਰ ਸੁੱਖਾ ਕਾਨੂੰਨ ਦੇ ਗਰੁੱਪ ਦੇ ਇੱਕ ਸ਼ਖਸ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕੀਤਾ ਗਿਆ ਜਿਸ ਦੇ ਵਿੱਚ ਉਸ ਸ਼ਖਸ ਦੇ ਵੱਲੋਂ ਕਿਹਾ ਗਿਆ ਕਿ ਬਠਿੰਡਾ ਦੇ ਇੱਕ ਪੈਲੇਸ ਦੇ ਵਿੱਚ ਜੋ ਕਲਾਕਾਰ ਕੁੜੀ ਨੂੰ ਮਾਰਿਆ ਗਿਆ, ਜੋ ਮਰੀ ਉਹ, ਉਸਨੂੰ ਇਨਸਾਫ਼ ਮਿਲੇ ਨਹੀਂ ਤਾਂ ਉਹ ਮੁਲਜ਼ਮ ਨੂੰ ਸਜ਼ਾ ਦੇਵੇਗਾ, ਜਦੋਂ ਕਿ ਇਸ ਪੁਲਿਸ ਮਾਮਲੇ 'ਚ ਪੁਲਿਸ ਸ਼ਿਕਾਇਤ ਨਾ ਮਿਲਣ ਦੀ ਗੱਲ ਕਹਿ ਰਹੀ ਹੈ। ਮੌਡ ਮੰਡੀ ਡਾਂਸਰ ਕਤਲਕਾਂਡ 'ਚ ਇੱਕ ਨਵਾਂ ਮੋੜ ਆਇਆ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਲੱਕੀ ਨਾਂ ਦੇ ਇੱਕ ਨੌਜਵਾਨ ਦਾ ਵੀਡੀਓ ਵਾਇਰਲ ਹੋ ਰਿਹਾ ਜਿਸ 'ਚ ਲੱਕੀ ਮਾਮਲੇ 'ਚ ਮੁਲਜ਼ਮ ਬਿੱਲਾ ਨੂੰ ਧਮਕੀ ਦਿੰਦਾ ਹੋਇਆ ਨਜ਼ਰ ਆ ਰਿਹਾ। ਨੌਜਵਾਨ ਵੀਡੀਓ 'ਚ ਮ੍ਰਿਤਕ ਲੜਕੀ ਨੂੰ ਇਨਸਾਫ਼ ਦੇਣ ਦੀ ਗੱਲ ਕਹਿ ਰਿਹਾ ਹੈ। ਨਾਲ ਹੀ ਵੀਡੀਓ ਬਣਾਉਣ ਵਾਲੇ ਲੱਕੀ ਮੋਗੇ ਵਾਲੇ ਦਾ ਸੰਬੰਧ ਗੈਂਗਸਟਰ ਸੁੱਖਾ ਕਾਲੂ ਗਰੁੱਪ ਨਾਲ ਦੱਸਿਆ ਜਾ ਰਿਹਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮੌੜ ਮੰਡੀ 'ਚ ਇੱਕ ਵਿਆਹ 'ਚ ਗੋਲੀ ਲੱਗਣ ਕਾਰਨ ਇੱਕ ਡਾਂਸਰ ਦੀ ਮੌਤ ਹੋਈ ਸੀ। ਕੁੜੀ ਨੂੰ ਇਨਸਾਫ਼ ਦੇ, ਜੋ ਬੰਦਾ ਹੱਕ ਆ ਉਹਨਾਂ ਦਾ ਦਿੱਤਾ ਜਾਵੇ। ਕੁੜੀ ਮੇਰੀ ਕੋਈ ਬਲਾਡਰ ਦੇ ਰਸਤੇ 'ਚੋਂ ਨਹੀਂ, ਕੋਈ ਮੇਰਾ ਹੋਰ ਕੋਈ ਰਿਲੇਸ਼ਨ 'ਚੋਂ ਨਹੀਂ ਗੀ, ਜਾਂ ਮੇਰੀ ਕੋਈ ਫੈਮਿਲੀ ਦੇ ਵਿੱਚੋਂ ਨਹੀਂ ਗੀ। ਮੈਂ ਉਸ ਕੁੜੀ ਦੇ ਕਦੇ ਪਿੰਡ ਤੱਕ ਨਹੀਂ ਗਿਆ ਹੋਣਾ, ਕਦੇ ਮੈਂ ਉਸ ਕੁੜੀ ਨੂੰ ਹੈਲੋ ਹਾਈ ਨਹੀਂ ਕਿਹਾ ਗਾ। ਮੇਰਾ ਕੋਈ ਲਿੰਕ ਨਹੀਂ, ਬਸ ਇਨਸਾਨੀਅਤ ਦੇ ਤੌਰ 'ਤੇ ਤੈਨੂੰ ਦੱਸਦਾ ਹੈ ਕਿ ਉਹਦਾ ਹੱਕ ਆ ਜੋ ਦਿੱਤਾ ਜਾਵੇ। ਉੱਥੇ ਜਦੋਂ ਇਸ ਵੀਡੀਓ ਬਾਰੇ SSP ਬਠਿੰਡਾ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਵੀਡੀਓ ਉਹਨਾਂ ਦੇ ਧਿਆਨ 'ਚ ਆਈ ਹੈ, ਪਰ ਅਜੇ ਮਾਮਲੇ 'ਚ ਕੋਈ ਵੀ ਸ਼ਿਕਾਇਤ ਦਰਜ ਨਹੀਂ ਹੋਈ। ਮੇਰੇ ਨੋਟਿਸ 'ਚ ਆਇਆ ਤਾਂ ਹੈ, ਲੇਕਿਨ ਕਿਸੇ ਨੇ ਇਸ ਬਾਰੇ ਕੰਪਲੇਂਟ ਨਹੀਂ ਕੀਤੀ ਹੈ। ਕੰਪਲੇਂਟ ਹੋਣੀ ਸਭ ਆਪਾਂ ਵੈਰੀਫਾਈ ਕਰ ਲਾਂਗੇ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਸਵਾਲਾਂ ਦੇ ਘੇਰੇ 'ਚ ਰਹੀ ਹੈ ਤੇ ਪੰਜਾਬ 'ਚ ਕਈ ਅਣਸੁਖਾਵੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਨੇ। ਅਜਿਹੇ ਮੌਕੇ 'ਚ ਜੀ ਪੰਜਾਬ ਹਰਿਆਣਾ ਹਿਮਾਚਲ ਆਪਣੇ ਦਰਸ਼ਕਾਂ ਨੂੰ ਇਹੀ ਅਪੀਲ ਕਰਦਾ ਹੈ ਕਿ ਉਹ ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲੈਣ ਤੇ ਪ੍ਰਸ਼ਾਸਨ ਨੂੰ ਆਪਣਾ ਕੰਮ ਕਰਨ ਦੇਣ। ਮੌੜ ਮੰਡੀ ਤੋਂ ਗੋਬਿੰਦ ਸੈਣੀ ਦੇ ਨਾਲ ਬਿਊਰੋ ਰਿਪੋਰਟ, ਜੀ ਮੀਡੀਆ।